ਸ਼੍ਰੀਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ ਤੇ ਲੈ ਕੇ ਆ ਗਿਆ ਜੀ ਇੱਕ ਵਾਰ ਫਿਰ ਤੁਹਾਡਾ ਆਪਣਾ ਫੇਵਰੇਟ ਸ਼ੋਅ ਗੱਲਾਂ ਵਿਦ ਗੁਲਾਬੋ। ਅੱਜ ਦਾ ਸਾਡਾ ਟੌਪਿਕ ਹੈਗਾ ਜੀ ਤਕੀਆ ਕਲਾਮ। ਸਮਝਦੇ ਤਕੀਆ ਕਲਾਮ? ਤਕੀਆ ਕਲਾਮ ਮਤਲਬ ਕੁਛ ਐਸੇ ਵਰਡਸ, ਕੁਛ ਐਸੀਆਂ ਲਾਈਨਾਂ ਜੋ ਆਪਾਂ ਬਾਹਲੀਆਂ ਯੂਜ਼ ਕਰਦੇ ਹਾਂ ਪਰ ਕਈ ਵਾਰ ਯੂਜ਼ ਨਹੀਂ ਵੀ ਕਰਨੀ ਹੁੰਦੀ ਤਾਂ ਵੀ ਕਰ ਜਾਂਦੇ ਹਾਂ, ਕੋਈ ਮਤਲਬ ਨਹੀਂ ਵੀ ਹੁੰਦਾ। ਜ਼ਰੂਰੀ ਨਹੀਂ ਜਿੱਥੇ ਢੁੱਕਦੀਆਂ ਹੋਣ ਉੱਥੇ ਉਹ ਆਪਾਂ ਗੱਲਾਂ ਕਰਦੇ ਹਾਂ। ਕਈ ਵਾਰ ਨਾ ਸਾਨੂੰ ਆਦਤ ਹੁੰਦੀ ਹੈ, ਜਿੱਦਾਂ ਮੈਨੂੰ ਹਨਾ ਹਨਾ ਇੱਦਾਂ ਕਹਿਣ ਦੀ ਆਦਤ ਹੈਗੀ ਆ, ਮੈਨੂੰ ਪਤਾ ਵੀ ਨਹੀਂ ਲੱਗਦਾ ਵੀ ਮੈਂ ਕਦੋਂ ਕਦੋਂ ਕਹਿ ਦਿੰਦੀ ਹਾਂ ਅਤੇ ਕੁਝ ਜ਼ਿਆਦਾ ਹੀ ਬੋਲ ਦਿੰਦੀ ਹਾਂ। ਤਾਂ ਤੁਸੀਂ ਮੈਨੂੰ ਦੱਸਿਆ ਸੀਗਾ ਵੀ ਮੈਂ ਮਿੰਟ ਬਾਅਦ ਬੋਲ ਦਿੰਦੀ ਹਾਂ ਹਨਾ 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 ਬੋਲਦੀ ਹਾਂ ਨਾ ਇੱਦਾਂ, ਅਤੇ ਆਹ ਇਹ ਮੇਰੀ ਆਦਤ ਹੈਗੀ ਹੈ ਨਾ। ਹੁਣ ਦੇਖੋ ਆਦਤਾਂ ਪੱਕੀਆਂ ਹੁੰਦੀਆਂ ਉਹ ਤਾਂ ਜਾਂਦੀਆਂ ਨਹੀਂ, ਤੁਹਾਡੇ 'ਚ ਵੀ ਐਸੀ ਕੁਛ ਤਕੀਆ ਕਲਾਮ ਯੂਜ਼ ਕਰਨ ਦੀਆਂ ਆਦਤਾਂ ਹੋਣੀਆਂ। ਕੋਈ ਕਹਿੰਦਾ ਆ ਜੀ ਵਾਹ ਵਾਹ ਜੀ ਮਜ਼ਾ ਆ ਗਿਆ, ਸਵਾਦ ਆ ਗਿਆ ਜੀ ਸਵਾਦ ਆ ਗਿਆ, ਹਰ ਗੱਲ ਪਿੱਛੇ ਕਹਿਣਾ ਹੁੰਦਾ। ਭਾਵੇਂ ਕਿਸੇ ਦੇ ਮਰਨੇ 'ਤੇ ਵੀ ਚੱਲ ਜਾਣ ਤਾਂ ਵੀ ਕਹਿ ਦਿੰਦੇ ਨੇ ਜੀ ਵਾਹ ਜੀ ਵਾਹ ਸਵਾਦ ਆ ਗਿਆ ਜੀ ਮਜ਼ਾ ਆ ਗਿਆ। ਇੱਦਾਂ ਦੀਆਂ ਗੱਲਾਂ, ਇੱਦਾਂ ਦੇ ਤਕੀਆ ਕਲਾਮ ਤੁਸੀਂ ਵਰਤਦੇ ਹੋਣੇ ਹੋ ਜਾਂ ਤੁਹਾਡੇ ਘਰ 'ਚ ਕੋਈ ਵਰਤਦਾ ਹੋਣਾ ਜਾਂ ਤੁਸੀਂ ਕਿਤੇ ਵੇਖਿਆ ਹੋਣਾ ਕਿਸੇ ਨੂੰ ਵਰਤਦੇ, ਕਿਸੇ ਦੇ ਤਕੀਆ ਕਲਾਮ ਬਹੁਤ ਅਜੀਬ ਹੁੰਦੇ ਨੇ, ਕਿਸੇ ਦੇ ਫਨੀ ਜਿਹੇ ਹੁੰਦੇ ਨੇ, ਉਹ ਸਾਰੇ ਅੱਜ ਆਪਾਂ ਡਿਸਕਸ ਕਰਨੇ ਆ ਵੀ ਕਿਹੜੇ ਕਿਹੜੇ ਤੁਸੀਂ ਆਸ ਪਾਸ ਆਪਣੇ ਇੱਦਾਂ ਦੇ ਲੋਕ ਦੇਖੇ ਨੇ ਜਾਂ ਤੁਸੀਂ ਤੁਹਾਡੇ 'ਚ ਵੀ ਕਈ ਵਾਰ ਆਦਤ ਹੁੰਦੀ, ਬੰਦੇ ਨੂੰ ਪਤਾ ਹੁੰਦਾ ਵੀ ਮੈਂ ਬਾਰ ਬਾਰ ਬੋਲਦਾ ਹਾਂ, ਮੰਨਦਾ ਕੋਈ ਨਹੀਂ ਹੈਗਾ। ਜਿੱਦਾਂ ਮੈਂ ਮੰਨ ਲਿਆ ਵੀ ਮੈਂ ਹਣਾ ਹਣਾ ਬਾਰ ਬਾਰ ਬੋਲਦੀ ਹਾਂ, ਤੁਸੀਂ ਫੋਨ ਕਰਨਾ ਜੀ 3 4 7 2 5 2 1 2 3 2 ਅਤੇ ਫਟਾਫਟ ਫੋਨ ਚੱਕ ਕੇ ਅਤੇ ਗੱਲਬਾਤ ਕਰਾਂਗੇ ਵੀ ਕਿੱਦਾਂ ਦੇ ਤਕੀਆ ਕਲਾਮ ਤੁਸੀਂ ਵਰਤਦੇ ਹੋ ਜਾਂ ਕਿੱਦਾਂ ਦੇ ਤਕੀਆ ਕਲਾਮ ਤੁਹਾਨੂੰ ਹਾਸੇ ਆਉਂਦੇ ਨੇ। ਸਾਡੀ ਫਿਲਮਾਂ 'ਚ ਵੀ ਤਾਂ ਕਈ ਕੁਛ ਬੋਲ ਦਿੰਦੇ ਨੇ, ਕਈ ਲਾਈਨਾਂ ਐਸੀਆਂ ਜਿਹੜੀਆਂ ਬੋਲਦੇ ਨੇ ਹਾਸੇ ਪਾਉਣ ਲਈ ਬੋਲਦੇ ਨੇ ਜੀ, ਠੀਕ ਹੈ ਜੀ। ਤੁਸੀਂ ਫਟਾਫਟ ਫੋਨ ਕਰਨਾ, ਨਾਲ ਇੱਕ ਇਨਫੋਰਮੇਸ਼ਨ ਹੈਗੀ ਆ, ਤੁਹਾਨੂੰ ਪਤਾ ਹੀ ਹੋਣਾ ਆ ਵੀ ਕੰਟੈਸਟ ਚੱਲ ਰਿਹਾ ਸੀਗਾ ਸੀ ਦਿਲਜੀਤ ਦੋਸਾਂਝ ਜੀ ਦਾ, ਜਿਹੜਾ ਡਿਨਰ ਸੀਗਾ ਉਹਨਾਂ ਦੇ ਨਾਲ ਤੁਸੀਂ ਕਰਨਾ ਆ ਨਾ, ਅਤੇ ਫਟਾਫਟ ਆਪਣੀ ਐਂਟਰੀਜ਼ ਭੇਜੋ ਕਿਉਂਕਿ ਕੱਲ੍ਹ 6 ਵਜੇ ਤੱਕ ਹੀ ਐਂਟਰੀਜ਼ ਹੈਗੀਆਂ ਨੇ, ਉਸ ਤੋਂ ਬਾਅਦ ਬੰਦ ਹੋ ਜਾਣੀਆਂ ਨੇ। ਅਤੇ ਮੈਨੂੰ ਤਾਂ ਸਵਾਲ ਦਾ ਜਵਾਬ ਜਿਹੜਾ ਪਤਾ ਹੈ, ਸਵਾਲ ਪਤਾ ਨਾ ਸਾਨੂੰ ਵੀ ਉਹ ਕਿਹੜੀ ਪਹਿਲੀ ਬਾਲੀਵੁੱਡ ਮੂਵੀ ਸੀਗੀ ਜਿਹਦੇ ਵਿੱਚ ਦਿਲਜੀਤ ਦੋਸਾਂਝ ਨੇ ਆਪਣੀ ਆਵਾਜ਼ ਦਿੱਤੀ ਸੀਗੀ, ਨਾਲ ਹੀ ਅਪੀਅਰੈਂਸ ਵੀ ਦਿੱਤੀ ਸੀਗੀ। ਮੈਸੇਜ ਕਰਨਾ ਆ ਤੁਸੀਂ ਕਿਹੜੇ ਨੰਬਰ 'ਤੇ, ਤੁਹਾਨੂੰ ਐਡ ਵਿੱਚ ਚੱਲ ਹੀ ਰਿਹਾ ਹੋਊਗਾ ਹੈ ਨਾ, ਅਤੇ ਨਾਲੇ ਤੁਹਾਡੇ ਕੋਲ ਆਪਸ਼ਨਸ ਵੀ ਹੈਗੀਆਂ ਆ, ਹਿੰਟ ਵੀ ਤੁਹਾਨੂੰ ਦੇ ਰਿਹਾ। ਹੋਰ ਦੱਸੋ, ਡਿਨਰ ਵੀ ਕਰਾ ਰਿਹਾ, 14 ਤਰੀਕ ਨੂੰ ਨਿਊ ਜਰਸੀ ਦੇ ਵਿੱਚ ਸ਼ੋਅ ਹੈਗਾ, ਉਸ ਤੋਂ ਬਾਅਦ ਕੀ ਹੈਗਾ ਡਿਨਰ, ਅਤੇ ਆ ਕੱਲ੍ਹ ਨਾ 10:30 ਵਜੇ ਸਾਡਾ ਚੱਕ ਪੰਜਾਬੀ ਸ਼ੋਅ ਆਉਂਦਾ, ਉਹਦੇ ਵਿੱਚ ਲੱਕੀ ਵਿਨਰ ਕੱਢ ਲੂੰਗੇ ਹੈ ਨਾ, ਭਾਵੇਂ ਮੇਰਾ ਹੀ ਨਾਮ ਨਿਕਲ ਜਾਏ ਕੋਈ ਪਤਾ ਨਹੀਂ ਹੈਗਾ। ਅਤੇ ਅੱਜ ਤੋਂ ਬਾਅਦ 1 ਹਫ਼ਤੇ ਲਈ ਨਾ ਸਾਡਾ ਜਿਹੜਾ ਸ਼ੋਅ ਆ ਗੱਲਾਂ ਵਿਦ ਗੁਲਾਬੋ ਅਤੇ ਚੱਕ ਪੰਜਾਬੀ 9:30 ਦੀ ਜਗ੍ਹਾ 10:30 ਆਊਗਾ। ਉਹਦਾ ਕਾਰਨ ਇਹ ਆ ਵੀ ਕਵਰ ਸੰਧੂ ਜੀ ਦੀ ਜਿਹੜੀ ਡਾਕੂਮੈਂਟਰੀ ਆਪਰੇਸ਼ਨ ਬਲੂ ਸਟਾਰ June 1984 ਰਾਈਟਸ ਦੇ ਉੱਪਰ ਉਹ ਚੱਲੂਗੀ ਜੀ 1 ਹਫ਼ਤੇ ਵਾਸਤੇ, ਇਸ ਕਰਕੇ ਆਪਣਾ ਜਿਹੜਾ ਸ਼ੋਅ ਆ ਉਹ 9:30 ਤੋਂ 10:30 ਹੋ ਜੂਗਾ ਜੀ, ਠੀਕ ਹੈ ਜੀ। ਹੁਣ ਆਪਾਂ ਗੱਲਬਾਤ ਕਰਨੀ ਹੈ ਤਕੀਆ ਕਲਾਮ ਦੀ, ਆਪਾਂ ਆਪਣੇ ਫਿਰ ਟੌਪਿਕ ਦੇ ਉੱਪਰ ਆ ਜਾਵਾਂਗੇ ਜੀ। ਸਾਡੇ ਕਾਲਰ ਸਾਡੇ ਨਾਲ ਰੈਡੀ ਨੇ, ਉਹਨਾਂ ਨੂੰ ਪੁੱਛਦੇ ਹਾਂ ਵੀ ਉਹ ਕੁਛ ਐਸਾ ਬੋਲਦੇ ਨੇ ਜਿਹਦੇ 'ਚ ਹਾਸਾ ਆਉਂਦਾ ਆ, ਵੀ ਉਹ ਮੇਰੀ ਕੁਛ ਗੱਲਾਂ ਦੱਸਣਾ ਚਾਹੁੰਦੇ ਨੇ ਵੀ ਮੈਂ ਆਹ ਵਰਡ ਬਾਰ ਬਾਰ ਯੂਜ਼ ਕਰਦੀ ਹਾਂ, ਜਾਂ ਆਪਣੇ ਘਰਦਿਆਂ ਦੀ। ਕਈ ਵਾਰ ਸਾਡੇ ਹਸਬੈਂਡ ਜਾਂ ਵਾਈਫ ਆਪਸ 'ਚ ਨਾ ਆਪਾਂ ਹੱਸਦੇ ਹਾਂ ਵੀ ਆ ਕਿੱਦਾਂ ਦੇ ਵਰਡ ਯੂਜ਼ ਕਰਦਾ ਆ, ਜਾਂ ਕਿਸੇ ਨੂੰ ਬਾਹਰ ਜਾ ਕੇ ਦੱਸਦੇ ਹਾਂ ਵੀ ਨਾ ਇਹ ਇੱਦਾਂ ਬੋਲਦੇ ਨੇ ਬਾਰ ਬਾਰ, ਉਹ ਸਾਨੂੰ ਪਤਾ ਹੁੰਦਾ ਵੀ ਉਹਨੂੰ ਉਸ ਲਾਈਨ ਤੋਂ ਬਾਅਦ ਉਹ ਬੋਲਣਾ ਹੀ ਆ, ਅਤੇ ਆਪਾਂ ਪਹਿਲਾਂ ਹੀ ਬੋਲ ਦਈਦਾ ਹੁਣ ਬਾਈ ਤੂੰ ਆਹ ਬੋਲਣਾ ਆ। ਅੱਛਾ ਬਾਹਰ ਨਾ ਬਾਹਰਲੇ ਦੇਸ਼ 'ਚ ਮੁਲਕ 'ਚ ਤੁਸੀਂ ਗਏ ਹੋ, ਉੱਥੇ ਤੁਹਾਨੂੰ ਆਦਤ ਪੈਂਦੀ ਬਾਰ ਬਾਰ ਕਹਿਣ ਦੀ, ਯੋ ਡੂਡ ਯੋ ਬ੍ਰੋ ਕਿੱਦਾਂ ਬ੍ਰੋ ਹੈ ਬ੍ਰੋ ਕਿੱਦਾਂ ਮੈਂ ਇੱਦਾਂ ਕਰਨਾ ਮੰਗਦਾ ਹੈ ਨਾ, ਮੰਗਦੇ ਬਹੁਤ ਤੁਸੀਂ ਬਾਹਰ ਜਾ ਕੇ ਕੀ ਗੱਲ ਆ, ਬਾਹਰੋਂ ਕੋਈ ਇੱਧਰ ਨੂੰ ਆ ਜਾਂਦਾ ਹੈ ਨਾ ਉਹਨੂੰ ਆਦਤ ਪੈ ਜਾਂਦੀ ਬੋਲਣ ਦੀ। ਕਿੱਦਾਂ ਮੈਂ ਪੰਜਾਬ ਦੇਖਣਾ ਮੰਗਦਾ, ਵੀ ਦੱਸੋ ਇਹਦੇ 'ਚ ਮੰਗਣ ਵਾਲੀ ਕਿਹੜੀ ਗੱਲ ਆ, ਵੀ ਕਿੱਦਾਂ ਮੈਂ ਚਾਹ ਪੀਣਾ ਮੰਗਦਾ ਹੈ, ਹੁਣ ਮੈਂ ਕਹਿੰਦਾ ਵੀ ਕਿੱਦਾਂ ਮੈਂ ਤੁਹਾਡੇ ਫੋਨ ਦੀ ਵੇਟ ਕਰਨੀ ਮੰਗਦੀ, ਇੱਦਾਂ ਹੈ ਨਾ ਵਾਰ ਵਾਰ ਉਹ ਮੰਗਦੇ ਮੰਗਦੇ ਕਹਿੰਦੇ ਆ। ਕਈ ਵਾਰ ਆਪਾਂ ਦੇਖਿਆ ਹੋਣਾ ਤੁਸੀਂ ਫਿਲਮਾਂ 'ਚ, ਤੁਸੀਂ ਮੈਨੂੰ ਦੱਸਣਾ ਵੀ ਕਿੱਦਾਂ ਡਾਇਲੋਗ ਆ, ਮੈਂ ਤਾਂ ਭਣ ਦੂ ਬੁੱਲਾਂ ਨਾਲ ਅਖਰੋਟ, ਤੁਸੀਂ ਦੇਖਿਆ ਹੋਣਾ ਫਿਲਮਾਂ 'ਚ ਆਪਾਂ ਵਰਤਦੇ ਹਾਂ ਲਾਇਨ ਹੈ ਨਾ। ਫਿਰ ਜਾਂ ਕਈ ਵਾਰ ਆਪਾਂ ਕਹਿ ਦਿੰਦਾ ਆ ਹੈ ਕਿ ਨਾ, ਹਰ ਲਾਇਨ ਤੋਂ ਬਾਅਦ ਕਹੀਦਾ ਆ। ਕਾਲਰ ਨੂੰ ਪੁੱਛ ਲੈਂਦੇ ਹਾਂ ਜੀ, ਮੇਰੀਆਂ ਤਾਂ ਤੁਸੀਂ ਸੁਣੀ ਜਾਣੇ, ਕਾਲਰ ਦੀ ਵੀ ਸੁਣ ਲੈਂਦੇ। ਹੈਲੋ ਤੁਸੀਂ ਹੌਲੀ ਬੋਲਦੇ ਹੋ, ਨਹੀਂ ਨਹੀਂ ਮੈਂ ਪੂਰਾ ਜ਼ੋਰ ਨਾਲ ਬੋਲਦਾ, ਤੁਸੀਂ ਦੱਸੋ ਆਵਾਜ਼ ਹੀ ਇੰਨੀ ਕਾ। ਨਹੀਂ ਨਹੀਂ ਅੱਛਾ ਜੀ, ਮੈਨੂੰ ਇਹ ਦੱਸੋ ਵੀ ਅੱਜ ਜਿਹੜਾ ਟੌਪਿਕ ਹੈਗਾ ਸਾਡਾ ਤਕੀਆ ਕਲਾਮ, ਸਮਝਦੇ ਹੋ ਨਾ? ਹਾਂਜੀ ਹਾਂਜੀ ਹਾਂਜੀ। ਤੁਸੀਂ ਵਰਤਦੇ ਹੋ ਕੋਈ ਤਕੀਆ ਕਲਾਮ ਐਸਾ? ਨਹੀਂ ਵਰਤਦਾ ਪਰ ਮੇਰੇ ਇੱਕ ਫਰੈਂਡ ਨੇ ਉਹ ਵਰਤਦੇ ਨੇ। ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਉਹ ਤੇਰੀ, ਠੀਕ ਹੈ ਉਹ ਤੇਰੀ ਹੈ ਨਾ, ਉਹ ਤੇਰੀ ਆ ਕੀ ਹੋ ਗਿਆ, ਉਹ ਤੇਰੀ ਆ ਕੀ ਹੋ ਗਿਆ, ਇਦਾਂ ਬਿਲਕੁਲ ਬਿਲਕੁਲ। ਤੇ ਹੁਣ ਜਦੋਂ ਗੱਲ ਕਰਦੇ ਹੋਣੇ ਤੁਹਾਨੂੰ ਪਤਾ ਹੋਣਾ ਵੀ ਇਹਨੇ ਹੁਣ ਇਹ ਗੱਲ ਕਹਿਣੀ ਕਹਿਣੀ ਆ। ਹਾਂ ਬਸ ਕੋਈ ਵੀ ਗੱਲ ਕਰਨਗੇ ਨਾ ਉਹਦੇ ਬਾਅਦ ਉਹ ਤੇਰੀ ਹਨਾ, ਉਹਨਾਂ ਨੂੰ ਆਪ ਨਹੀਂ ਪਤਾ ਲੱਗਦਾ ਹੋਣਾ ਵੀ ਉਹ ਇਦਾਂ ਬੋਲਦੇ ਨੇ, ਜਾਂ ਉਹ ਆਪ ਵੀ ਕਈ ਵਾਰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹੋਣੇ ਪਰ ਇਹ ਆਦਤਾਂ ਜਾਂਦੀਆਂ ਨੇ। ਨਹੀਂ ਨਹੀਂ ਆਪਾਂ ਉਹਨੂੰ ਕਈ ਵਾਰੀ ਕਿਹਾ ਮੈਂ ਕਿਹਾ ਯਾਰ ਤੂੰ ਥੋੜਾ ਘੱਟ ਕਰਿਆ ਕਰ, ਪਤਾ ਨਹੀਂ ਚੱਲਦਾ ਉਹ ਤੇਰੀ
पर हटदी नहीं है ना। ना ना वो भी नहीं जा सकती। कई बार होंगे ना आप जिदा नॉर्मली तो यूज़ करते हैं प्रोफेसनली जाके भी यूज कर अपने फिर औखा जहा हो जाता फिर कंट्रोल नहीं होंगे अपने को। नहीं अपनी जुबान है जी जिदा मर्जी बोली जाओ। बिल्कुल 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 जी। पर कहते ना जी आदत है। हैलो 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 हाँ जी सत श्री अकाल। सत श्री अकाल जी सर। टीवी की आवाज मैं इतने तक आ रही है वेख लो। हैलो सर सत श्री अकाल। मेरे ना गल नहीं करोगे। अच्छा तुसी मेनू टीवी ची वेखी जाना टीवी ची सुनी जाना या? नहीं नहीं टीवी च नहीं। आपा इदा गल कर लेंगे ना। आज दा टॉपिक की है दादा? टॉपिक ताही तानू समझ लगूगी जे तुसी टीवी दी आवाज कट करोगे। माड़ी जी कर लो कट ऑडियो बंद कर लो। मल्तानी जी कट करियो। मल्तानी जी कट करियो आवाज। अच्छा अच्छा सर तुसी अपना नाम दसो पहला। मनजीत सिंह। किथों? अमेरिका तो न्यूयॉर्क। अमेरिका न्यूयॉर्क तो। सर अज का टॉपिक हैगा आ भी तुसी वेख्या होना भी कई ना ऐसे तकिया कलाम लोग वरतते ने जिन्हों सुन के हादसा आ जाता है या जिथे ढुकते भी नहीं उत्थे भी बोलन लग पैंदे ने। बहुत वधिया हसने वाली गल तो करनी चाहीदी है। हसने ਤੁਸੀਂ ਟੀਵੀ ਦੀ ਆਵਾਜ਼ ਨਹੀਂ ਕੱਟ ਕਰਦੇ ਹੈ ਮੈਨੂੰ ਪਤਾ ਕਿੰਨਾ ਗੁੱਸਾ ਆਉਂਦਾ ਆ ਸਰ ਤੁਹਾਨੂੰ ਤੁਸੀਂ ਬਹੁਤ ਗੁੱਸੇ ਹੋ ਰਹੇ ਹੋ ਨਹੀਂ ਪਤਾ ਕਿ ਫਿਰ ਮੈਨੂੰ ਸਮਝ ਨਹੀਂ ਲੱਗਦੀ ਨਾ ਅੱਛਾ ਅੱਛਾ ਮੈਨੂੰ ਸੱਚ ਦੱਸੋ ਮਲਤਾਨੀ ਜੀ ਨੂੰ ਦੇਣਾ ਮਲਤਾਨੀ ਜੀ ਨਾ ਕਰੋ ਨਹੀਂ ਨਹੀਂ ਤੁਸੀਂ ਕਰੋ ਗੱਲ ਹਲੋ ਹਲੋ कई जिदा कहंदे ने भी किसी दे मरने ते भी चल जांदे उत्थे जाके कह दिंदे ने स्वाद ही आ गया। नोटिस करके दस्या भी यार तू आ वर्ड बड़ा यूज करदा आ। नहीं मेनू ज्यादा ये वर्ड यूज ना करना। अच्छा अच्छा कोई गल नहीं। अच्छा फिर अच्छा ए हां जी हां जी अच्छा फिर ठीक है यार। अच्छा अच्छा की गल दे जवाब दे। बिलकुल बहुत वधिया लगा सर तुसीं अपने च जिहड़ी आदत सानूं आप दसी है ना ते अगले कॉलर नाल गल करके पुछदे आं भी उहनां च किहड़ी आदत आप ते कहा सी पुराने जमाने दे सूट पा के आने आ। ਨਹੀਂ ਸੂਟ 100-150 ਆਈ ਏ ਯਾਰ ਲੋਕੀ ਕੋਈ ਵੀ ਨਹੀਂ ਪਾਉਂਦਾ ਜਿਵੇਂ ਪੀ ਪਾਏ ਆ ਬਾਬਾ। ਠੀਕ ਹੈ ਸਰ ਅਗਲਾ ਕਾਲ ਲੈ ਲਈਏ ਪਲੀਜ਼ ਹੈਨਾ। ਹੈਲੋ 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 ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ? ਜਸਵੀਰ ਕੌਰ ਜੀ। ਅੱਛਾ ਕਿੱਥੋਂ ਬੋਲ ਰਹੇ ਹੋ? ਅਸੀਂ ਮੈਂ ਇੰਡੀਆ ਤੋਂ ਬੋਲ ਰਹੀ ਹਾਂ ਜੀ। ਮੈਂ ਨਵੀਂ ਨਵੀਂ ਆਈ ਹਾਂ ਟੋਰਾਂਟੋ। ਇੱਥੇ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਜੀ। ਥੈਂਕ ਯੂ ਜੀ ਥੈਂਕ ਯੂ। ਇੰਨੀ ਦੂਰ ਜਾ ਕੇ ਤੁਸੀਂ ਸਾਡਾ ਪ੍ਰੋਗਰਾਮ ਵੇਖਦੇ ਹੋ ਹੈਨਾ। बार यूज करते ने आदत होंगी ना कईयां नूं कईयां नूं कहन चंगा 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 एदां कुछ कहन दी आदत है ना जी। ते तुसी थोड़े च वी हैगी कोई आदत एदां दी? ਆ ਤਾਂ ਹਰ ਇੱਕ ਬੰਦੇ ਚ ਹੁੰਦੀਆਂ ਜੀ ਆਪੋ ਆਪਣੀਆਂ।
ਹੈ ਨਾ, ਨਹੀਂ ਕਈ ਵਾਰ ਤਕੀਆ ਕਲਾਮ ਵਰਤਣ ਦੀ ਆਦਤ ਹੁੰਦੀ ਹੈ, ਕਈ ਵਾਰ ਵਾਰ ਕਹਿ ਦਿੰਦੇ ਨੇ ਮੈਂ ਤਾਂ ਪਾਦੂ ਪੜ੍ਹਨੇ। ਹਾਂਜੀ ਹਾਂਜੀ, ਇੱਦਾਂ ਤੁਸੀਂ ਤੁਹਾਡੇ ਘਰੇ ਠੀਕ ਹੈ ਜੀ, ਠੀਕ ਹੈ ਤੁਹਾਡੀ ਗੱਲ ਠੀਕ ਹੈ, ਤੁਸੀਂ ਨਹੀਂ ਕੁਛ ਕਹਿਣਾ? ਨਹੀਂ ਜੀ, ਬਸ ਮੈਂ ਤਾਂ ਕੁਛ ਨਹੀਂ ਕਹਿਣਾ, ਮੈਨੂੰ ਬਹੁਤ ਵਧੀਆ ਲੱਗਿਆ ਜੀ ਤੁਹਾਡਾ ਪ੍ਰੋਗਰਾਮ, ਮੈਂ ਦੁਪਹਿਰੇ ਵੀ ਦੇਖਿਆ ਸੀਗਾ, ਹੁਣ ਵੀ ਦੇਖਿਆ ਸੀਗਾ। ਅੱਛਾ, ਮਤਲਬ ਤੁਸੀਂ ਟੀਵੀ ਮੂਹਰੇ ਬੈਠੇ ਰਹਿੰਦੇ ਹੋ, ਵੀ ਗੱਲਾਂ ਵਿਦ ਗਲਾਬੋ ਵੇਖ ਹੀ ਜਾਣਾ ਆਪਾਂ ਜਿੰਨੀ ਵਾਰ ਆਊ। ਹਾਂਜੀ, ਇਹ ਤਾਂ ਬਹੁਤ ਵਧੀਆ ਗੱਲ ਹੈ, ਘਰੇ ਸਾਰੇ ਦੇਖਦੇ ਨੇ? ਹਾਂਜੀ, ਸਾਰਾ ਪਰਿਵਾਰ ਦੇਖਦਾ ਜੀ। ਹਾਂ, ਗੁਆਂਢੀਆਂ ਨੂੰ ਵੀ ਬਿਠਾ ਲੈਣਾ, ਗੋਰਿਆਂ ਨੂੰ ਵੀ ਬਿਠਾ ਕੇ ਵਿਖਾਣਾ ਆ ਵੀ ਗੁਲਾਬੋ ਕਿੱਦਾਂ ਦੀਆਂ ਗੱਲਾਂ ਕਰਦੀ ਆ। ਠੀਕ ਹੈ ਜੀ, ਓਕੇ। ਗੋਰੇ ਵੇਖ ਲੈਣਗੇ ਪ੍ਰੋਗਰਾਮ? ਨਹੀਂ ਨਹੀਂ ਗੋਰੇ ਤਾਂ ਪਤਾ ਨਹੀਂ ਜੀ, ਦੇਖਣਗੇ ਕਿ ਨਹੀਂ, ਜਾਣਾ ਮੇਰੀ ਫੈਮਿਲੀ ਤਾਂ ਜ਼ਰੂਰ ਦੇਖੂਗੀ। ਜ਼ਰੂਰ ਵੇਖੂਗੀ, ਉਹਨਾਂ ਨੂੰ ਬਿਠਾ ਕੇ ਤੇ ਪੰਜਾਬ ਪੁਲਿਸ ਵਾਂਗ ਜ਼ਬਰਦਸਤੀ ਵਿਖਾ ਦੇਣਾ ਆਪਾਂ, ਠੀਕ ਆ? ਹਾਂਜੀ ਠੀਕ ਹੈ ਜੀ, ਤੁਹਾਡੇ ਨਾਲ ਗੱਲਬਾਤ ਕਰਕੇ ਸਾਨੂੰ ਵੀ ਬਹੁਤ ਵਧੀਆ ਲੱਗਾ। ਸਮਾਂ ਹੋ ਗਿਆ ਜੀ ਇੱਕ ਨਿੱਕੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ। ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਜਿਹੜਾ ਡਿਨਰ ਚੱਲ ਰਿਹਾ ਨਾ ਦਿਲਜੀਤ ਜੀ ਦੇ ਨਾਲ, ਉਹ ਤੁਸੀਂ ਜ਼ਰੂਰ ਜਾਣਾ ਆ, ਪਰ ਐਂ ਥੋੜ੍ਹੀ ਚੱਲ ਜੂੰਗੇ, ਉਹਦੇ ਵਾਸਤੇ ਪ੍ਰੋਸੀਜਰ ਹੈਗਾ ਆ। ਕੱਲ੍ਹ 6 ਵਜੇ ਤੱਕ ਐਂਟਰੀਜ਼ ਹੈਗੀਆਂ ਨੇ, ਤੁਸੀਂ ਸਵਾਲ ਤੁਹਾਨੂੰ ਪਤਾ ਹੋਣਾ ਵੀ ਕਿਹੜਾ ਆ, ਉਹ ਪਹਿਲੀ ਕਿਹੜੀ ਬਾਲੀਵੁੱਡ ਮੂਵੀ ਸੀਗੀ ਜਿਹਦੇ ਵਿੱਚ ਦਿਲਜੀਤ ਜੀ ਨੇ ਆਪਣੇ ਅਪੀਅਰੈਂਸ ਵੀ ਦਿੱਤੀ ਸੀਗੀ, ਨਾਲ ਹੀ ਗਾਣਾ ਵੀ ਗਾਇਆ ਸੀਗਾ, ਆਪਸ਼ਨ ਤੁਹਾਡੇ ਕੋਲ ਹੋਣਗੀਆਂ ਜੀ, ਮੈਸੇਜ ਵੀ ਤੁਸੀਂ ਕਰ ਦੇਣਾ ਆ, ਅਤੇ ਕਿਉਂਕਿ ਮੈਂ ਵੀ ਉੱਥੇ ਚੱਲ ਜਾਣਾ ਹੈ ਡਿਨਰ ਕਰਨ, ਫਿਰ ਤੁਸੀਂ ਫਿਰ ਨਾ ਕਹੀਓ ਵੀ ਮੈਨੂੰ ਨਹੀਂ ਭੇਜਿਆ, ਹੈ ਨਾ, ਅਤੇ ਫਟਾਫਟ ਫੋਨ ਚੱਕਣਾ ਆ ਅਤੇ ਉਹਨਾਂ ਨੂੰ ਮੈਸੇਜ ਕਰ ਦੇਣਾ ਆ, ਠੀਕ ਹੈ ਜੀ, ਡਿਨਰ ਕਰਨਾ ਆ, ਠੀਕ ਹੈ। ਦੂਜੀ ਗੱਲ ਇਹ ਵੀ ਸਾਡਾ ਸ਼ੋਅ ਜਿਹੜਾ ਹੈਗਾ ਗੱਲਾਂ ਵਿਦ ਗੁਲਾਬੋ ਅਤੇ ਚੱਕ ਪੰਜਾਬੀ, ਕੱਲ੍ਹ ਤੋਂ 9:30 ਦੀ ਜਗ੍ਹਾ 10:30 ਹੋ ਗਿਆ, ਕਿਉਂਕਿ 1 ਘੰਟਾ ਜਿਹੜੀ ਕਵਰ ਸੰਧੂ ਜੀ ਦੀ ਜਿਹੜੀ ਡਾਕੂਮੈਂਟਰੀ ਹੈਗੀ ਆ June 1984 ਰਾਈਟਸ ਦੇ ਉੱਪਰ, ਉਹ ਚੱਲੂਗੀ ਜੀ ਆਪਰੇਸ਼ਨ ਬਲੂ ਸਟਾਰ। ਹੈਲੋ ਹੈਲੋ, ਆਪਣੇ ਕੋਲ ਨਾਲ ਗੱਲ ਕਰ ਲਈ ਆਪਾਂ ਤਕੀਆ ਕਲਾਮ ਦੇ ਉੱਪਰ। ਹੈਲੋ ਲੋ ਜੀ, ਮੈਂ ਗੱਲ ਤੁਹਾਨੂੰ ਇਨਫੋਰਮੇਸ਼ਨ ਦੇ ਰਹੀ ਸੀਗੀ ਅਤੇ ਕਾਲਰ ਨੇ ਸੋਚਿਆ ਵੀ ਇਹਨੇ ਅੱਜ ਗੱਲ ਹੀ ਨਹੀਂ ਕਰਨੀ ਲੱਗਦਾ। ਨਹੀਂ ਜੀ, ਆਪਾਂ ਤਕੀਆ ਕਲਾਮ ਦੇ ਉੱਪਰ ਗੱਲਾਂ ਬਾਤਾਂ ਕਰ ਰਹੇ ਸੀਗੇ, ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਮੈਨੂੰ ਵੀ ਭੈੜੀਆਂ ਆਦਤਾਂ ਹੈਗੀਆਂ ਨੇ, ਮੈਂ ਮਿੰਟ ਬਾਅਦ ਬੋਲ ਦਿੰਦੀ ਹਾਂ ਹੈ ਨਾ, ਹੈ ਨਾ, ਇੱਦਾਂ ਬੋਲ ਦਿੰਦੀ ਹਾਂ। ਹੁਣ ਕਈ ਹੈਗੇ ਨੇ ਕਹਿ ਦਿੰਦੇ ਨੇ ਅੱਛਾ ਕਿੱਦਾਂ 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 ਬੋਲ ਦਿੰਦੇ ਨੇ, ਹੈ ਨਾ, ਕਿੱਦਾਂ ਬਾਹਰ ਜਾ ਕੇ ਕਿੱਦਾਂ ਮੰਗਦੇ ਨੇ, ਕਿੱਦਾਂ ਬਾਹਰ ਜਾ ਕੇ ਕਹਿੰਦੇ ਨੇ ਡਿਊਡ, ਕਿੱਦਾਂ ਬ੍ਰੋ, ਹੈ ਅਤੇ ਮਤਲਬ ਕਈ ਹੁੰਦੇ ਨੇ ਜਿੱਦਾਂ ਟੀਚਰਸ ਹੁੰਦੀਆਂ, ਉਹਨਾਂ ਨੂੰ ਆਦਤ ਪੈਂਦੀ ਨਾ ਪੜ੍ਹਨੇ ਪਾਉਣ ਦੀ, ਤੂੰ ਘਰ ਆ ਕੇ ਵਿਆਹੀ ਬੋਲਦੇ ਰਹਿੰਦੇ ਨੇ ਮੈਂ ਤਾਂ ਪਾਦੂ ਪੜ੍ਹਨੇ, ਹੈ ਨਾ, ਇੱਦਾਂ ਦੇ ਇੱਦਾਂ ਦੀਆਂ ਗੱਲਾਂ ਕਈ ਕਰਦੇ ਰਹਿੰਦੇ ਨੇ। ਤੁਹਾਡੇ 'ਚ ਵੀ ਹੋਣੀਆਂ ਜੀ ਆਦਤਾਂ, ਕਈ ਵਾਰ ਨਾ ਆਪਣੇ ਆਪ ਨੂੰ ਨਹੀਂ ਪਤਾ ਲੱਗਦਾ, ਦੂਜੇ ਬੰਦੇ ਨੂੰ ਪਤਾ ਲੱਗ ਜਾਂਦਾ, ਕਈ ਕਹਿੰਦੇ ਨੇ ਮਤਲਬ ਕਿੱਦਾਂ ਮਤਲਬ, ਹੈ ਨਾ, ਕਿੱਦਾਂ ਮਤਲਬ ਇੱਦਾਂ ਕਰਕੇ ਇੱਦਾਂ ਇੱਦਾਂ ਦੀਆਂ ਗੱਲਾਂ ਕਰਦੇ ਨੇ, ਮਤਲਬ ਪਤਾ ਦੂਸਰਾ ਬੰਦਾ ਨੋਟਿਸ ਜ਼ਿਆਦਾ ਕਰਦਾ ਆ। ਹੁਣ ਮੈਨੂੰ ਤਾਂ ਪਤਾ ਨਹੀਂ ਲੱਗਦਾ, ਮੈਂ ਪੁੱਠੀਆਂ ਸਿੱਧੀਆਂ ਗੱਲਾਂ ਕਈ ਵਾਰ ਕਰ ਜਾਂਦੀ ਹਾਂ, ਕਈ ਐਸੇ ਤਕੀਆ ਕਲਾਮਾਂ ਜਿਹੜਾ ਵਰਤ ਜਾਂਦੇ ਆ, ਕਈ ਬੋਲਦੇ ਨੇ ਹਾਨੀ ਹਾਨੀ ਹੈ ਨਾ, ਹੈ ਨਾ, ਮਿੰਟ ਬਾਅਦ ਹੈ ਨੀ, ਹੈ ਨਾ, ਉਹਨੇ ਇੱਦਾਂ ਦੀਆਂ ਗੱਲਾਂ ਕਈ ਕਰ ਜਾਂਦੇ ਨੇ, ਕੀ ਕਰੀਏ, ਆਪਣੇ ਕਾਲਰ ਨੂੰ ਵੀ ਪੁੱਛ ਲਾਂਗੇ, ਕੋਈ ਗੱਲ ਨਹੀਂ ਜੀ, ਕਾਲਰ ਨੇ ਵੀ ਦੱਸ ਦੇਣਾ ਹੈ, ਅਤੇ ਮੈਂ ਤਾਂ ਸਾਨੂੰ ਆਪਣੀਆਂ ਕਮਜ਼ੋਰੀਆਂ ਜਿਹੜੀਆਂ ਇਹ ਐਕਚੁਅਲੀ ਨਾ ਕਹਿੰਦੇ ਨੇ ਵੀ ਜਿਹੜੀਆਂ ਆਦਤਾਂ ਨੇ ਉਹ ਟਾਈਮ ਸਿਰ ਨਾ ਹਟਾਓ, ਉਹ ਮਜਬੂਰੀ ਬਣ ਜਾਂਦੀਆਂ ਨੇ, ਇਹ ਆਪਣੇ ਕਾਲਰ ਨੂੰ ਪੁੱਛ ਲਈ, ਉਹ ਵੀ ਇਹੀ ਮੰਨਦੇ ਨੇ। ਹੈਲੋ ਲੋ ਜੀ, ਇਹਨਾਂ ਨੇ ਵੀ ਟੀ ਵੀ ਦੀ ਆਵਾਜ਼ ਵਧਾਈ ਹੋਈ ਆ। ਹੈਲੋ 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 ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਜੀ? ਅਸੀਂ ਬੋਲਦੇ ਆ ਜੀ, ਅਮਰਜੀਤ ਕੌਰ ਬੋਲਦੀ ਆ ਜੀ। ਕਿੱਥੋਂ ਜੀ? ਅਸੀਂ ਇੰਡੀਆ ਤੋਂ ਆਏ ਆ, ਹੁਣੇ ਮੇਰੀ ਕੁੜਮਣੀ ਗੱਲ ਕਰਕੇ ਹਟੀ ਤੁਹਾਡੇ ਨਾਲ। ਹਾਂਜੀ ਹਾਂਜੀ ਹਾਂਜੀ, ਬਹੁਤ ਵਧੀਆ ਲੱਗਾ ਸੀ ਉਹਨਾਂ ਨਾਲ ਗੱਲਬਾਤ ਕਰਕੇ, ਚੰਗਾ ਕਿਤੇ ਤੁਸੀਂ ਵੀ ਫੋਨ ਕਰ ਲਿਆ। ਹਾਂਜੀ ਜੀ, ਮੈਂ ਬਹੁਤ ਉਹਨਾਂ ਨੂੰ ਕਿਹਾ ਸੀ ਦੁਪਹਿਰੇ ਵੀ, ਅਸੀਂ ਤੁਹਾਨੂੰ ਫੋਨ ਲਾਇਆ ਸੀ, ਸਾਡਾ ਲੱਗਾ ਨਹੀਂ ਸੀ ਜੀ। ਅੱਛਾ ਅੱਛਾ ਅੱਛਾ, ਉਹ ਐਕਚੁਅਲੀ ਹੋਰ ਵੀ ਕਾਲਜ ਫੋਨ ਕਰ ਰਹੇ ਹੁੰਦੇ ਨੇ, ਕੋਈ ਚੱਕਰ ਨਹੀਂ ਜੀ, ਤੁਸੀਂ ਨੰਬਰ ਮਿਲਾਉਂਦੇ ਨਾ, ਨੰਬਰ ਮੇਲ ਜ਼ਰੂਰ ਜਾਂਦਾ ਆ। ਠੀਕ ਹੈ ਜੀ, ਸਾਨੂੰ ਬਹੁਤ ਵਧੀਆ ਪ੍ਰੋਗਰਾਮ ਲੱਗਾ ਤੁਹਾਡਾ ਜੀ। ਅੱਛਾ ਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਤੁਸੀਂ ਕੁਛ ਦੱਸਣਾ ਚਾਹੋਗੇ ਵੀ ਜਿਹੜੇ ਲੋਕੀ ਕਈ ਹੁੰਦੇ ਨੇ ਨਾ ਜਿਹੜੇ ਤਕੀਆ ਕਲਾਮ ਵਰਤਦੇ ਨੇ, ਤੁਹਾਨੂੰ ਪਤਾ ਹੋਣਾ ਕੀ ਵਰਤਦੇ? ਤਕੀਆ ਕਲਾਮ ਹੁੰਦੇ ਨੇ ਜਿਹੜੇ, ਕਈ ਐਸੇ ਵਰਡਸ, ਕਈ ਐਸੀ ਲਾਈਨਾਂ ਜਿਹੜੀਆਂ ਆਪਾਂ ਐਵੇਂ ਵਰਤਦੇ ਰਹਿੰਦੇ ਹਰ ਲਾਈਨ ਤੋਂ ਬਾਅਦ ਕਿਸੇ ਨੂੰ ਆਦਤ ਹੁੰਦੀ ਕਹਿਣ ਦੀ, ਵਾਹਿਗੁਰੂ ਵਾਹਿਗੁਰੂ, ਹੈ ਨਾ, ਕੋਈ ਇੱਦਾਂ ਕਹਿ ਦਿੰਦਾ, ਕੋਈ ਕਹਿ ਦਿੰਦਾ ਆ ਵੀ ਰੱਬ ਆਸਰਿਆ ਜੀ, ਸਭ ਰੱਬ ਆਸਰਿਆ, ਕੁਛ ਨਾ ਕੁਛ ਕਹੀ ਜਾਈਦਾ। ਹਾਂਜੀ ਹਾਂਜੀ, ਤੁਹਾਨੂੰ ਵੀ ਹੈਗੀ ਕੋਈ ਆਦਤ? ਕੋਈ ਨਾ ਕੋਈ ਹੁੰਦੀ ਆ ਜੀ ਜ਼ਰੂਰ, ਕਈ ਲਾਈਨਾਂ ਐਸੀਆਂ ਹੁੰਦੀਆਂ ਜਿਹੜੇ ਆਪਾਂ ਬੋਲਦੇ ਨੇ, ਜਾਂ ਕਈ ਵਾਰ ਕੋਈ ਇੱਦਾਂ ਗੱਲ ਕਰਦੇ ਕਰਦੇ ਨਾ ਇੱਦਾਂ ਆਦਤ ਹੁੰਦੀ ਆ, ਸਿਰ ਹਿਲਾਉਣ ਦੀ ਜਾਂ ਕੁਛ ਇੱਦਾਂ ਦਾ। ਨਹੀਂ ਨਹੀਂ, ਇੱਦਾਂ ਦੀ ਨਹੀਂ ਆਦਤ, ਨਹੀਂ ਕਿਸੇ ਨੂੰ ਵੇਖਿਆ ਹੋਏ ਕੋਈ ਬਾਰ ਬਾਰ ਕਹਿੰਦਾ ਹੋਏ ਸੁਖਣਾ ਸੁਖਣਾ ਲੈਂਦਾ ਹੋ ਗਿਆ ਜੀ। ਹਾਂ, ਕਈਆਂ ਦੀ ਆਦਤ ਬਹੁਤ ਮਤਲਬ ਇੱਕ ਲਫ਼ਜ਼ ਨੂੰ ਕਈ ਵਾਰ ਕਹਿ ਜਾਂਦੇ ਆ ਮਿੰਟੋ ਮਿੰਟੀ, ਉਹਨਾਂ ਨੂੰ ਆਦਤ ਪਹਿਲਾਂ ਉਹ ਕਹਿਣਾ ਕਿਸੇ ਦੇ ਕਹਿਣ ਮੰਗਰ, ਸਾਡੀ ਗੁਆਂਢਣ ਆ ਉਹਨੇ ਹਰ ਗੱਲ ਕਰਨੀ ਆ, ਮੈਂ ਕਿਸੇ ਦੇ ਕਹਿਣ ਮੰਗਰ ਕੋਈ ਵੀ ਹਰ ਗੱਲ ਉਹਨੇ ਇਹ ਲਫ਼ਜ਼ ਨੂੰ ਪਹਿਲਾਂ ਕਹਿਣਾ ਵਾ, ਮਤਲਬ ਕਿ ਮੈਂ ਕਿਸੇ ਦੇ ਕਹਿਣ ਤੇ ਨਹੀਂ ਜਾਂਦੀ, ਹੋਰ ਕਿਹਦੀ ਆਦਤ ਯਾਦ ਹੋਏ?
ਹੋਰ ਸਾਡਾ ਇੱਕ ਗੁਆਂਢੀ ਉਹਨੇ ਹਰ ਗੱਲ ਨਾ ਕਹਿਣਾ ਮੋਟੀ ਮਿਸਾਲ ਜੀ ਕੋਈ ਗੱਲ ਕਰਨੀ ਆ ਕਿਆ ਬਾਤਾਂ ਨੇ ਜੀ ਅੱਛਾ ਤੁਸੀਂ ਆਬਜ਼ਰਵ ਕਰਦੇ ਹੋ ਲੋਕਾਂ ਨੂੰ ਮਤਲਬ ਦੇਖਦੇ ਹੋ ਵੀ ਕੀ ਬੋਲ ਰਿਹਾ ਕਿੱਦਾਂ ਹਨਾ ਹਾਂਜੀ ਹਾਂਜੀ ਇੱਕ ਮੇਰੇ ਕੁੜਮਣੀਆਂ ਨੇ ਉਹਨੇ ਹਰ ਗੱਲ ਕਹਿਣਾ ਹਰ ਗੱਲ ਨਾ ਕਹਿ ਦਿੰਦੀ ਆ ਉਹ ਇੱਕ ਗੱਲ ਭੈਣ ਜੀ ਸੁਣੋ ਤੁਸੀਂ ਅੱਛਾ ਹਰ ਗੱਲ ਪਿੱਛੇ ਭਾਵੇਂ 10 ਗੱਲਾਂ ਸੁਣਾਣੀਆਂ ਹੋਣ ਪਰ ਕਹਿਣਾ ਇੱਕ ਗੱਲ ਸੁਣੋ ਤੁਸੀਂ ਪਹਿਲਾਂ ਹਾਂਜੀ 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 ਵਾਹ ਜੀ ਵਾਹ ਅੱਛਾ ਕਈ ਵਾਹ ਜੀ ਵਾਹ ਵੀ ਕਹਿੰਦੇ ਨੇ ਵਾਹ ਜੀ ਵਾਹ ਹਾਂਜੀ ਹਾਂਜੀ ਇਦਾਂ ਬਹੁਤ ਕਹਿੰਦੇ ਆ ਹਾਂਜੀ ਹੋਰ ਤੁਹਾਡੇ ਘਰੇ ਵੀ ਕੋਈ ਵਰਤਦਾ ਆਇਆ ਕਿ ਤੁਹਾਡੇ ਗੁਆਂਢੀ ਇਦਾਂ ਦੀਆਂ ਗੱਲਾਂ ਕਰਦੇ ਨੇ ਨਹੀਂ ਉਹ ਸਾਡੇ ਘਰ ਮੇਨ ਹੀ ਆ ਮਤਲਬ ਅੱਛਾ ਘਰ ਨਹੀਂ ਕਰਦੇ ਗੁਆਂਢੀ ਨੇ ਜਿਹੜੀ ਇਦਾਂ ਦੀਆਂ ਆਦਤਾਂ ਨੇ ਜਿਨ੍ਹਾਂ ਨੂੰ ਬਹੁਤ ਵਧੀਆ ਲੱਗਾ ਜੀ ਤੁਸੀਂ ਸਾਨੂੰ ਦੱਸਿਆ ਵੀ ਲੋਕੀ ਹਨਾ ਕਿੱਦਾਂ ਦੇ ਤੱਕਿਆ ਕਲਾਮ ਯੂਜ਼ ਕਰਦੇ ਨੇ ਥੈਂਕ ਯੂ ਜੀ ਫਿਰ ਫੋਨ ਕਰਦੇ ਰਹਿਣਾ ਸਾਨੂੰ ਠੀਕ ਆ ਠੀਕ ਆ ਜੀ ਸਾਨੂੰ ਬਹੁਤ ਵਧੀਆ ਲੱਗਾ ਤੁਹਾਡਾ ਜ਼ਰੂਰ ਕਰਾਂਗੇ ਬਿਲਕੁਲ ਜੀ ਨਾਲੇ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸਣੀ ਸੀਗੀ ਹਾਂਜੀ ਤੁਸੀਂ ਮੇਰੀ ਗੱਲ ਸੁਣੀ ਹੋਈ ਨਹੀਂ ਹੈ ਵੀ ਜਿਹੜੇ ਦਿਲਜੀਤ ਦੋਸਾਂਝ ਜਿਹਦੇ ਨਾਲ ਡਿਨਰ ਕਰਨਾ ਤੁਸੀਂ ਕਿੱਦਾਂ ਪਟਿਆਲਾ ਪੈ ਗਲਾ ਛੱਡੀ ਦਾ ਹਨਾ ਹਾਂਜੀ ਉਹਨਾਂ ਦੇ ਨਾਲ ਰੋਟੀ ਖਾਣੀ ਆ ਆਪਾਂ ਜਾ ਕੇ ਪਰ ਸਾਰਿਆਂ ਨੇ ਥੋੜੀ ਖਾ ਲੈਣੀ ਆ ਤੁਸੀਂ ਇੱਦਾਂ ਕਰਨਾ ਆ ਵੀ ਜਿਹੜਾ ਐਡ ਚੱਲ ਰਹੀ ਹੈ ਨਾ ਉਹਦੇ ਵਿੱਚ ਦੱਸਦੇ ਆ ਵੀ ਉਹ ਸਵਾਲ ਦਾ ਜਵਾਬ ਦੇਣਾ ਆ ਨਾਲੇ ਫਿਰ ਨਿਊ ਜਰਸੀ ਦੇ ਵਿੱਚ 14 ਤਰੀਕ ਨੂੰ ਸ਼ੋਅ ਹੈਗਾ ਆ ਅਤੇ ਜੇ ਕੱਲ੍ਹ ਤੱਕ ਐਂਟਰੀਸ ਭੇਜ ਦੂੰਗੇ ਅਤੇ ਆਪਾਂ ਰਾਤੀ 10:30 ਜਿਹੜਾ ਚੱਕ ਪੰਜਾਬੀ ਸ਼ੋਅ ਆਉਂਦਾ ਹੋਏ ਅਤੇ ਤੁਹਾਡੀ ਪਰਚੀ ਕੱਢ ਦੇਣੀ ਉਹ 'ਤੇ ਨਾਮ ਬੋਲ ਦੇਣਾ ਆ ਤੁਹਾਡਾ ਇੱਕ ਮਿੰਟ ਗੱਲ ਕਰਿਓ ਤੁਸੀਂ ਹੈਲੋ ਲੱਗਦਾ ਇਹਨਾਂ ਨੂੰ ਇਨਫੋਰਮੇਸ਼ਨ ਸਮਝ ਨਹੀਂ ਲੱਗੀ ਮੈਂ ਇੱਕ ਵਾਰ ਫਿਰ ਰਿਪੀਟ ਕਰਦਾ ਹੈਲੋ ਨਹੀਂ ਹੈਲੋ ਦੀਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਉਹਨਾਂ ਦੀ ਬੇਟੀ ਬੋਲਦੀ ਹਾਂ ਐਕਚੁਅਲੀ ਅਸੀਂ ਤਾਂ ਕੈਨੇਡਾ ਤੋਂ ਰਹਿੰਦੇ ਮੇਰੇ ਦਲਜੀਤ ਦੋਸਾਂਝ ਜੀ ਤਾਂ ਅਮਰੀਕਾ 'ਚ ਨਹੀਂ ਹੋ ਗਏ ਆਏ ਹੋਏ ਉਹ ਘੁੰਮਦੇ ਰਹਿੰਦੇ ਨੇ ਉਹ ਨਿਊ ਜਰਸੀ ਆ ਜਾਣਾ ਹੁਣ ਉਹਨਾਂ ਨੇ ਇਸ ਵਾਰ 14 ਤਰੀਕ ਨੂੰ ਹਾਂ ਪਰ ਅਸੀਂ ਤਾਂ ਕੈਨੇਡਾ ਰਹਿੰਦੇ ਹੈਗੇ ਬ੍ਰੈਂਪਟਨ ਤੇ ਅਮਰੀਕਾ ਵੀ ਤਾਂ ਕੋਲ ਹੀ ਆ ਨਹੀਂ ਅਮਰੀਕਾ ਹੈ ਤਾਂ ਕੋਲ ਵਾ ਪਰ ਬਹੁਤ ਦੂਰ ਆ ਸਾਨੂੰ ਦੂਰ ਆ ਕੋਈ ਚੱਕਰ ਨਹੀਂ ਜੀ ਕੋਈ ਚੱਕਰ ਨਹੀਂ ਜਾ ਜਹਾਜ਼ ਜਾਂਦਾ ਨਾ ਬਜਾਜ ਲਈ ਟਿਕਟਾਂ ਚਾਹੀਦੀ ਹੈ ਨਾ ਬਹੁਤ ਜ਼ਿਆਦੀ ਆ ਉਹ ਨਹੀਂ ਬਾਦਲ ਸਰਕਾਰ ਵਾਲੇ ਜਹਾਜ਼ ਚੱਲ ਜਾਓ ਕਿ ਨਹੀਂ ਬਾਦਲ ਸਰਕਾਰ ਡਰ ਲੱਗਦਾ ਠੀਕ ਆ ਜੀ ਕੋਈ ਚੱਕਰ ਨਹੀਂ ਜੀ ਜੇ ਤੁਹਾਡੇ ਅਮਰੀਕੇ ਰਹਿੰਦੇ ਹੋਣਗੇ ਉਹਨਾਂ ਨੂੰ ਦੱਸ ਦਿਓ ਠੀਕ ਆ ਓਕੇ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮਾੜਾ ਜਿਹਾ ਉੱਚੀ ਬੋਲਿਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਮੇਰਾ ਨਾਮ ਲਵ ਹੈ ਜੀ ਮੈਂ ਜਰਸੀ ਸਿਟੀ ਤੋਂ ਬੋਲਦਾ ਕਿੱਥੋਂ ਜਰਸੀ ਸਿਟੀ ਤੋਂ ਜੀ ਅੱਛਾ ਜੀ ਬਹੁਤ ਵਧੀਆ ਜੀ ਤਕੀਆ ਕਲਾਮ ਹੈਗਾ ਕੋਈ ਹਾਂਜੀ ਤੁਹਾਡਾ ਹਾਂਜੀ ਤਕੀਆ ਕਲਾਮ ਦਾ ਮਤਲਬ ਕੀ ਹੁੰਦਾ ਜੀ ਤਕੀਆ ਕਲਾਮ ਉਰਦੂ ਦਾ ਸ਼ਬਦ ਹੈਗਾ ਆ ਇਹਦਾ ਮਤਲਬ ਹੁੰਦਾ ਆ ਵੀ ਕੋਈ ਐਸੀ ਲਾਈਨ ਕੋਈ ਐਸਾ ਵਰਡ ਜਿਹੜਾ ਆਪਾਂ ਨਾ ਹਰ ਵਾਰ ਯੂਜ਼ ਕਰਦੇ ਰਹਿੰਦੇ ਆ ਕਈ ਵਾਰ ਤਾਂ ਵਰਤਣਾ ਹੁੰਦਾ ਕਈ ਵਾਰ ਨਹੀਂ ਵੀ ਵਰਤਣਾ ਹੁੰਦਾ ਤਾਂ ਵੀ ਵਰਤ ਜਾਈਦਾ ਜਿੱਦਾਂ ਕੋਈ ਕਹਿ ਦਿੰਦਾ ਆ ਉਹ ਬਾਏ 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 ਕਈ ਕਹਿ ਦਿੰਦਾ ਆ ਉਹ ਹਾਏ ਰੱਬਾ ਕੁਛ ਨਾ ਕੁਛ ਕਹੀ ਜਾਈਦਾ ਆਪਾਂ ਵੀ ਜਿੱਥੇ ਨਹੀਂ ਵੀ ਕਹਿਣਾ ਉੱਥੇ ਵੀ ਕਹਿ ਦਈਦਾ ਕਈ ਵਾਰ ਵੈਸੇ ਆਦਤ ਪੈ ਜਾਂਦੀ ਆ ਹਨਾ ਸਹੀ ਗੱਲ ਹੈ ਮੈਂ ਤਾਂ ਝੂਠ ਬੋਲ ਰਹੀ ਹਾਂ ਹਾਂਜੀ ਠੀਕ ਮੈਨੂੰ ਪਤਾ ਨਹੀਂ ਲੱਗ ਰਿਹਾ ਮੇਰੇ ਨਾਲ ਮੈਂ ਮੇਰੇ ਨਾਲ ਦੀ ਮੁੰਡਾ ਮੈਂ ਉਹਨੂੰ ਪੁੱਛ ਰਿਹਾ ਮੈਂ ਕਿਹਾ ਤਾਂ ਮਤਲਬ ਵੀ ਉਹ ਕਹਿੰਦਾ ਮੈਨੂੰ ਅੱਛਾ ਨਹੀਂ ਕਈ ਕਹਿ ਦਿੰਦੇ ਆ ਨਾ ਮੈਂ ਤੇ ਝੂਠ ਕਦੇ ਵੀ ਨਹੀਂ ਹਾਂਜੀ ਸਹੀ ਹੈ ਕਈ ਕਹਿ ਦਿੰਦੇ ਨੇ ਰੱਬ ਆਸਰੇ ਜੀ ਸਭ ਰੱਬ ਆਸਰੇ ਹਾਂਜੀ ਬੜਾ ਖੱਬਾ ਸੁਭਾ ਚੱਕੀ ਫਿਰਦਾ ਜੀ ਮੈਂ ਬੜਾ ਖੱਬਾ ਸੁਭਾ ਨਹੀਂ ਸਹੀ ਹਾਂਜੀ 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 ਤੇ ਆ ਤੇ ਹੁੰਦੀ ਮੇਰੀ ਆ ਤਾਂ ਜੀ ਸਹੀ ਹੈ ਮੇਰੇ ਮੂੰਹ ਤੋਂ ਜ਼ਿਆਦਾ ਨਿਕਲਦਾ ਸਹੀ ਹੈ ਕਹਿੰਦੇ ਹੋ ਨਾ ਆਹੀ ਤਾਂ ਹੈਗਾ ਤਕੀਆ ਕਲਾਮ ਬਸ ਠੀਕ ਹੈ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਅਗਲੀ ਵਾਰ ਫਿਰ ਗੱਲ ਕਰਾਂਗੇ ਲੈ ਕੇ ਆਵਾਂਗੇ ਜੀ ਨਵਾਂ ਐਪੀਸੋਡ ਤੇ ਨਵੀਆਂ ਗੱਲਾਂ ਸਤਿ ਸ਼੍ਰੀ ਅਕਾਲ